स्वागत है किसान वीरो तुहाड़ा यूट्यूब चैनल सिद्ध कडेरी फार्मिंग दे विच। किसान वीरो अज जिहड़ी वीडियो बना रहे हैं पिंड संघेड़े तहसील ते जिला नूं बरनाला पैंदा है, बरनाले तो रायकोट दे उत्ते दोस्तों जिहड़ा रोड है उहदे ते पिंड आ जांदा है। संघेड़ा पिंड दा नाम है ते इत्थे दोस्तों कृष्णा कलोनी दे विच बाई दा घर है। अज दी वीडियो च दोस्तों दो गाइयां दिखाउणियां, इक इह हुणे सूई है, हजे जेर दोस्तों पैणी बाकी है। इह गां देसी पंच है, थोड़ी जी क्रॉस लगती है, ज़्यादा देसी वाले पक्ष नूं है। तो एक इधर दोस्तों गां, ये दोने बाई जी होर ने वेचनी है। डिटेल च इन्हां बारे आपां बाई तो पुछदे हां दोस्तों, वीडियो नूं एंड तक जरूर देखो, लास्ट च बाई जी होर दा नंबर भी स्क्रीन उत्ते चलूगा। आ जाओ जी इत्थे बाई। सत श्री अकाल। सत श्री अकाल बाई। नाम दसी मेरे दा बाई नरपै सिंह। नरपै सिंह, ठीक है। गाइयां फिर ज़्यादा देसी जे पक्ष दीआं ही रखदा है? हाँ बाई, ਇਹ ਸਾਡੇ ਏਰੀਆ ਦੇ ਵਿੱਚ ਥੋੜੀ ਜਿਹੀ ਜ਼ਿਆਦਾ ਪਸੰਦ ਕੀਤੀਆਂ ਜਾਂਦੀਆਂ ਨੇ ਬਾਈ। ਠੀਕ ਹੈ, ਇਹਨਾਂ ਗਾਈਆਂ ਨੂੰ ਤੁਹਾਡੇ ਏਰੀਆ 'ਚ ਜ਼ਿਆਦਾ ਪਸੰਦ? ਹਾਂ ਹਾਂ ਹਾਂ, ਠੀਕ ਹੈ। ਅੱਛਾ, ਇੱਕ ਇਹ ਦੱਸੀ ਦੇਸੀ ਦਾ ਜਿਵੇਂ ਡਰ ਜਿਹਾ ਲੱਗਦਾ ਵੀ ਇਹ ਤੇਰੀਆਂ ਗਾਈਆਂ ਠੰਡੀਆਂ? ਨਾ ਨਾ ਬਾਈ, ਇਹ ਪੂਰੀਆਂ ਕੁੰਨੀਆਂ ਸੀਲ ਨੇ, ਚਾਹੇ ਦੀ ਜਿਵੇਂ ਮਰਜ਼ੀ ਕੋਈ ਬੱਚਾ ਬੈਠਾ ਰਹੇ ਬਾਈ, ਜੋ ਮਰਜ਼ੀ ਕਰੀ ਜਾਵੇ, ਇਹ ਠੰਡੀਆਂ ਸੀਲ ਨੇ ਬਾਈ, ਕੁੰਨੀਆਂ ਨੇ। ਠੀਕ ਹੈ। ਅੱਛਾ, ਇਹ ਜਿਹੜੀ ਗਾਂ ਹੈ ਕਿੰਨਵੇਂ ਸੂਏ ਸੂਈ ਦੀ? ਇਹ ਬਾਈ ਤੀਜੇ ਸੂਏ ਸੂਈ ਆ। ਕਿੰਨਾ ਚਿਰ ਹੋਇਆ ਸੂਈ ਨੂੰ? ਇਹਨੂੰ ਸੂਈ ਨੂੰ ਬਾਈ 2 ਦਿਨ ਹੋ ਗਏ। ਅੱਛਾ, 2 ਦਿਨ ਹੋ ਗਏ। ਬੱਚਾ ਕੀ ਦਿੱਤਾ ਨੇ? ਇਹਨੇ ਬੱਸੀ ਦਿੱਤੀ ਆ। ਠੀਕ ਹੈ। ਦੁੱਧ ਕਿੰਨਾ ਬਾਈ? ਦੁੱਧ ਇਸ ਟਾਈਮ ਪੇ ਜੇ 12 ਕਿਲੋ। 12 ਕਿਲੋ ਕੋਈ ਵੀ ਵੀਰ ਚੋ ਸਕਦਾ 2 ਟਾਈਮ? ਜੋ ਮਰਜ਼ੀ ਮਤਲਬ ਨਿਕਲੂ ਇਹਨਾਂ 12? ਹਾਂ 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 ਹਾਂ, ਸਹੀ ਹੈ। ਤੇ ਰੇਟ ਇਹਦਾ ਕੀ ਕਰਦੇ ਹੋ? ਰੇਟ ਇਹਦਾ 22000 ਰੁਪਏ ਲੈਣਾ। 22000 ਖੋਲ ਲੈਣ ਨੂੰ ਮੜੇ ਦੋਸਤੋ। ਗਾਂ ਤੁਹਾਨੂੰ ਦਿਖਾ ਦਿੰਨਾ, ਨਾਲ ਵੱਛੀ ਹੈ, ਵੱਛੀ ਸਾਹਮਣੇ ਬੈਠੀ ਹੈ ਦੋਸਤੋ। ਸਿੰਘਾਂ ਵਾਲੀ ਗਾਂ ਪਰ ਦੁੱਧ 12 ਕਿਲੋ ਬਾਈ ਜੀ ਦੱਸਦੇ ਹੈਗਾ। ਦੇਸੀ ਗਾਂ ਦੋਸਤੋ ਬੰਨ ਦੇਖ ਸਕਦੇ ਆ, ਰੰਗ ਲਾਲੀ ਚ ਹੈ। ਵੀਡੀਓ ਬਣਾਉਣ ਦਾ ਟਾਈਮ ਦੋਸਤੋ 10:30 ਵਜੇ ਦਾ ਹੈ, ਉਹਦੇ ਹਿਸਾਬ ਤੇ ਹਵਾਨਾ ਨਹੀਂ ਇਹ ਦਿਖਾ ਰਹੀ। ਬਾ ਬੰਨ ਦੇ ਵੀਰੇ, ਦੁੱਧ ਜਿੰਨਾ ਦੱਸਿਆ ਭਾਵੇਂ 2 ਟਾਈਮ 3 ਟਾਈਮ ਚੋਲੋ, 12 ਕਿਲੋ ਦੱਸਿਆ ਦੋਸਤੋ, ਤੇ 12 ਕਿਲੋ ਤੁਸੀਂ ਜੋਖ ਕੇ ਲੈ ਸਕਦੇ ਆ। ਥਣ ਹਵਾਨਾ ਸੋਹਣਾ, ਪਰ ਹਵਾਨਾ ਜਿਹੜਾ ਤੁਹਾਨੂੰ ਦੱਸਿਆ ਵੀਡੀਓ ਸੁਬਾ ਹੀ ਬਣਾਉਣ ਲੱਗੇ ਆ, ਉਹਦੇ ਕਰਕੇ ਇਹ ਉਵੇਂ ਨਹੀਂ ਦਿਖਾ ਰਹੀ। ਬਾਕੀ ਜਿਹੜਾ ਦੁੱਧ ਹੁੰਦਾ ਦੋਸਤੋ, ਮੈਂ ਕੁਝ ਟਾਈਮ ਲਈ ਆਉਣਾ ਵੀਡੀਓ ਬਣਾਉਣ, ਤਾਂ ਜਿੰਨਾ ਦੱਸਿਆ ਜਾਂਦਾ ਮੇਰੇ ਲਈ ਉਹ ਸਹੀ ਹੁੰਦਾ। ਜਿਹਨੇ ਖਰੀਦਣੀ ਹੈ ਉਹਨੇ ਤਸੱਲੀ ਆਪ ਕਰ ਲੈਣੀ ਹੈ। ਚੋ ਕੇ ਦੇਖ ਸਕਦੇ ਹਾਂ, ਸੂਏ ਸਵਾਏ ਪਸ਼ੂ ਹੈ। ਇੱਕ ਇਹ ਵੈੜ ਹੁਣੇ ਸੂਈ ਹੈ, ਇਹਦੇ ਬਾਰੇ ਬਾਈ ਤੋਂ ਪੁੱਛਦੇ ਹਾਂ ਬਾਈ, ਇਹਨੂੰ ਇਹ ਕਿੰਨਵੇਂ ਸੂਏ ਸੂਈ ਹੈ? ਇਹ ਬਾਈ ਭਲੂਣ ਸੂਈ ਆ, ਪਹਿਲੇ ਸੂਏ ਸੂਈ। ਹਾਂ ਹਾਂ, ਠੀਕ ਹੈ। ਤੇ ਉਮਰ ਕਿੰਨੀ ਕਹਿ ਰਹੀ ਅੰਦਾਜ਼ਾ ਇਹਦੀ? ਉਮਰ ਵੀਰੇ 3 ਸਾਲ ਤੋਂ 2 ਮਹੀਨੇ ਘੱਟ ਆ ਢਾਈ, ਮਤਲਬ 2 ਦੰਦ ਹੋ ਸਕਦੀ ਹੈ। ਹਾਂ ਹਾਂ, ਦੰਦ ਤਾਂ ਨਹੀਂ ਦੇਖੇ? ਨਹੀਂ, ਦੰਦ ਨਹੀਂ ਦੇਖੇ। ਠੀਕ ਹੈ। ਅੱਛਾ, ਇਹ ਆਪਣੀ ਘਰ ਦੀ ਗਾਂ ਦੀ ਸੀ? ਇਹ ਬਾਈ ਘਰ ਦੀ ਗਾਂ ਸੀ, ਆਪਾਂ ਗਾਂ ਲਿਆਤੀ ਸੀ, ਜਲਸੀ ਬੱਸੀ ਦੀ ਗਾਂ ਇਹ। ਠੀਕ ਹੈ, ਜਲਸੀ ਦੀ ਹੈ। ਹਾਂ ਹਾਂ ਹਾਂ, ਠੀਕ ਠੀਕ ਹੈ। ਤੇ ਇਹਨੇ ਵੀ ਬੱਚੀ ਦਿੱਤੀ ਹੈ? ਹੈ ਬਾਈ, ਇਹਨੇ ਬੱਸੀ ਦਿੱਤੀ ਹੈ ਬਾਈ, ਆਖੜੀ ਹੈ ਬੱਸੀ। ਠੀਕ ਹੈ। ਇਹਦਾ ਕੀ ਰੇਟ ਕਰਦੇ ਹੋ? ਇਹਦਾ ਬਾਈ 32000। 32000 ਤੇ ਧਾਰਾਂ ਧੁਰਾਂ ਮਾਰ ਕੇ ਦੇਖ ਲਿਆ? ਹਾਂ ਬਾਈ, ਓਕੇ ਆ, ਓਕੇ ਆ, ਬਿਲਕੁਲ ਠੀਕ ਆ। ਦੋਸਤੋ ਇਹਨੇ ਵੀ ਵੱਛੀ ਦਿੱਤੀ ਹੈ। ਵੱਛੀ ਇਹ ਟੀਕਾ ਕਿਹੜਾ ਭਰਾਇਆ ਸੀ ਭਾਵੇਂ? ਟੀਕਾ ਬਾਈ ਯਾਰ ਇੰਨਾ ਨਹੀਂ ਪਤਾ ਸੀਗਾ, ਬਸ ਧਿਆਨ ਨਹੀਂ ਦਿੱਤਾ। ਹੈ ਟੀਕੇ ਦੀ? ਹਾਂ ਬਾਈ, ਹੈਗੀ ਟੀਕੇ ਦੀ। ਠੀਕ ਹੈ ਦੋਸਤੋ, ਲਾਲ ਜੇ ਰੰਗ ਦੀ ਹੈ, ਉਮੀਦ ਆ ਵੀ ਇਹ ਜਰਸੀ ਵਾਲੇ ਪੱਖ ਨੂੰ ਨਿਕਲੂਗੀ। ਵੱਛੀ ਸੋਹਣੀ ਹੈ, ਬਾਕੀ ਜੋ ਚੀਜ਼ ਆ ਤੁਹਾਡੇ ਸਾਹਮਣੇ ਦੋਸਤੋ। ਭਲੂਣ ਹੈਗੀ ਹੈ ਕਿਉਂਕਿ ਹੁਣੇ ਸੂਈ ਹੈ, ਪਹਿਲੇ ਸੂਏ ਸੂਈ ਹੈ। ਤੇ ਜੇਰ ਦੋਸਤੋ ਅਜੇ ਪਈ ਨਹੀਂ, ਇਹਨੂੰ ਵੀ ਤੋੜ ਦੇ ਬਈ ਥੋੜ੍ਹਾ। ਠੰਡੀ ਸੀਲ ਇਹ ਵੀ ਆ ਦੋਸਤੋ, ਇਹਦੀਆਂ ਧਾਰਾਂ ਬਾਈ ਨੇ ਮਾਰ ਕੇ ਵੇਖ ਲਈਆਂ। ਬਾਕੀ ਜਿਹਨੇ ਖਰੀਦਣੀ ਹੈ ਦੋਸਤੋ, ਆਪਦੀ ਤਸੱਲੀ ਕਰਕੇ ਲੈ ਕੇ ਜਾਇਓ। 2 ਟਾਈਮ ਭਾਵੇਂ ਚੋਲਿਓ ਇੱਥੇ, ਤਾਂ ਵੀ ਬਾਈ ਨੂੰ ਕੋਈ ਇਤਰਾਜ਼ ਨਹੀਂ ਹੈਗਾ। ਰੇਟ ਇਹਦਾ 32000 ਹੈ। ਕੁਛ ਮੌਕੇ ਤੇ ਥੋੜ੍ਹਾ ਬਹੁਤ ਮਾਨ ਤਾਨ ਹੋ ਜੂਗਾ, ਤਾਜ਼ੀ ਸੂਈ ਹੈ, ਕੁਛ ਪਸ਼ੂ ਡਰਦਾ ਵੀ ਹੈ। ਹਵਾਨਾ ਇਹਦਾ ਸੋਹਣਾ ਦੋਸਤੋ, ਦੇਖ ਸਕਦੇ ਹੋ। ਬਸ ਕਮਾਲ ਆ ਗਿਆ, ਲੈ ਮੋ ਗਿਆ। ਸੋ ਦੋਸਤੋ, ਇਹ ਵੀ ਦੇਸੀ ਪੱਖ ਦੀ ਗਾਂ। ਬਾਕੀ ਜਿਹੜੇ ਵੀਰ ਦੇ ਪਸੰਦ ਆਉਂਦੀ ਆ ਕੇ ਦੇਖੋ, ਤਸੱਲੀ ਕਰੋ ਆਪਦੀ, ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹਾਂ। ਨੰਬਰ ਬਾਈ ਜੀ ਦਾ ਦੋਸਤੋ ਸਕਰੀਨ ਉੱਤੇ ਲੱਗਾ, ਇਸ ਨੰਬਰ ਉੱਤੇ ਤੁਸੀਂ ਕਾਲ ਜਦੋਂ ਮਰਜ਼ੀ ਕਰ ਸਕਦੇ ਹਾਂ। ਇਹ ਦੋਨੇ ਗਾਈਆਂ ਜਿਹੜੀਆਂ ਦੇਸੀ ਪੱਖ ਵਾਲੀਆਂ ਦੋਸਤੋ, ਦੋਨੇ ਵਿਕਾਊ ਹੈ। ਧੰਨਵਾਦ ਦੋਸਤੋ ਵੀਡੀਓ ਦੇਖਣ ਵਾਸਤੇ।